ਹਾਂਜੀ ਸਟੂਡੈਂਟਸ, ਵੈਲਕਮ ਕਰਦੇ ਹਾਂ ਤੁਹਾਡਾ ਥੂ ਸਟੱਡੀ ਕਲਾਸ ਯੂਟਿਊਬ ਚੈਨਲ ਦੇ ਵਿੱਚ। ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੀ ਕਿ ਇਕਾਂਗੀ ਕਰ ਰਹੇ ਹਾਂ, ਉਧਾਲੀ ਹੋਈ ਕੁੜੀ, ਜਿਹੜੀ ਕਿ ਇਹ ਹੈਗਾ ਕਪੂਰ ਸਿੰਘ ਘੁੰਮਣ ਦੀ ਇਕਾਂਗੀ ਆ। ਹਾਂਜੀ, ਇਸ ਦਾ ਆਪਾਂ ਸਾਰ, ਵਿਸ਼ਾ ਵਸਤੂ ਅਤੇ ਪਾਤਰ ਅਤੇ ਇਹਦੇ ਸ਼ੋਰਟ ਕੁਸ਼ਚਨ ਆਨਸਰ ਕਰਾਂਗੇ। ਹਾਂਜੀ, ਖੜਕੂ ਦੀ ਪਤਨੀ ਕਰਤਾਰੋ ਆਪਣੇ ਮੁੰਡੇ ਜੀਤੇ ਨੂੰ ਕਹਿੰਦੀ ਹੈ ਕਿ ਉਹ ਆਪਣੇ ਬਾਪੂ ਨੂੰ ਖੂਹ 'ਤੇ ਰੋਟੀ ਅਤੇ ਲੱਸੀ ਦੇ ਕੇ ਆਵੇ। ਗੰਨਾ ਚੂਪਦਾ ਜੀਤਾ ਥੋੜ੍ਹੀ ਜਿਹੀ ਢਿੱਲ ਮੱਠ ਜੀ ਦਿਖਾਉਂਦਾ, ਭਾਵ ਕਿ ਨਾ ਨੁੱਕਰ ਜੀ ਕਰਦਾ, ਅਤੇ ਕਰਤਾਰੋ ਉਸਦੇ ਹੱਥੋਂ ਗੰਨਾ ਖੋਹ ਕੇ ਉਹਨੂੰ ਰੋਟੀ ਅਤੇ ਲੱਸੀ ਦੇ ਕੇ ਬਾਹਰ ਤੋਰ ਦਿੰਦੀ ਆ। ਕਰਤਾਰੋ ਫਿਰ ਦੁੱਧ ਗਰਮ ਕਰਨ ਮਗਰੋਂ ਚਰਖਾ ਛੋਂਦੀ ਹੈ, ਚਰਖਾ ਨੂੰ ਚੱਕਦੀ ਹੈ, ਤਾਂ ਖਾੜਕੂ ਦਾ ਦੋਸਤ ਬਿਰਸਾ ਸਿੰਘ ਆ ਕੇ ਦੱਸਦਾ ਕਿ ਉਧਾਲੀਆਂ ਜਨਾਨੀਆਂ ਨੂੰ ਕੱਢ ਕੇ ਪਾਕਿਸਤਾਨ ਪਹੁੰਚਾਉਣ ਲਈ ਉੱਚੇ ਪਿੰਡ ਪੁਲਿਸ ਲੈ ਗਈ। ਤਾਂ ਉਹ ਦੱਸਦਾ ਕਿ ਫਜਲੇ ਮੋਚੀ ਦੀ ਧੀ ਨੂੰ ਵੇਚਣ ਵਾਲੇ ਉੱਚੇ ਪਿੰਡ ਵਾਲੇ ਸ਼ੇਰੂ ਨੂੰ ਪੁਲਿਸ ਨੇ ਫੜ ਕੇ ਲੈ ਗਈ ਆ। ਠੀਕ ਹੈ, ਵੀ ਜਿਹੜਾ ਫਜਲੇ ਮੋਚੀ ਦੀ ਧੀ ਹੈ, ਠੀਕ ਹੈ, ਮੋਚੀ ਦੀ ਧੀ ਨੂੰ ਵੇਚਣ ਵਾਲਾ ਸੀ ਜਿਹੜਾ ਉੱਚੇ ਪਿੰਡ ਦਾ ਸ਼ੇਰੂ, ਉਹਨੂੰ ਪੁਲਿਸ ਫੜ ਕੇ ਲੈ ਗਈ। ਤਾਂ ਉਹ ਕਹਿੰਦਾ ਕਿ ਉਹ ਤਾਂ ਕਸੂਰਵਾਰ ਸੀ, ਪਰੰਤੂ ਕਈ ਬੇਕਸੂਰੇ ਵੀ ਰਗੜੇ ਗਏ ਨੇ। ਜਿਹੜੀ ਕੁੜੀ ਪਾਕਿਸਤਾਨ ਨਹੀਂ ਜਾਣਾ ਚਾਹੁੰਦੀ ਉਹਨੂੰ ਧੱਕੇ ਜੋਰੀ ਲਿਜਾ ਰਹੇ ਨੇ ਪਾਕਿਸਤਾਨ। ਕਰਤਾਰੋ ਪੁੱਛਦੀ ਹੈ ਕਿ ਉਹ ਕਿਉਂ ਘਬਰਾ ਰਿਹਾ ਆ, ਕਿ ਉਸਨੇ ਕੋਈ ਕੁੜੀ ਉਧਾਲੀ ਆ। ਤਾਂ ਉਹ ਕਹਿੰਦਾ ਕਿ ਉਸਨੇ ਕਿਸੇ ਨੂੰ ਉਧਾਲਿਆ ਨਹੀਂ, ਸਗੋਂ ਇੱਕ ਕੁੜੀ ਦੀ ਜਾਨ ਜ਼ਰੂਰ ਬਚਾਈ ਆ। ਤਾਂ ਉਹ ਦੱਸਦਾ ਕਿ ਪੁਲਿਸ ਉਦੋਂ ਫੜਦੀ ਹੈ ਜਦੋਂ ਕੋਈ ਮੁੱਖ ਖਬਰੀ ਕਰਦਾ, ਭਾਵ ਕਿ ਜਦੋਂ ਕੋਈ ਉਹਨਾਂ ਦੀ ਕੋਈ ਅੱਗੇ ਖਬਰ ਦਿੰਦਾ ਉਹਨਾਂ ਨੂੰ। ਉਹ ਕਰਤਾਰੋ ਨੂੰ ਕਹਿੰਦਾ ਕਿ ਹੁਣ ਉਸਦੀ ਇੱਜ਼ਤ ਅਤੇ ਇੱਕ ਕੁੜੀ ਦੀ ਜ਼ਿੰਦਗੀ ਦਾ ਸਵਾਲ ਹੈ। ਠੀਕ ਹੈ, ਇਹ ਸਾਰਾ ਕੁਛ ਕੌਣ ਕਹਿੰਦਾ? ਵਿਰਸਾ ਸਿੰਘ ਆ ਕੇ ਕਹਿੰਦਾ, ਵਿਰਸਾ। ਤਾਂ ਕਰਤਾਰੋ ਦੇ ਪੁੱਛਣ 'ਤੇ ਉਹ ਦੱਸਦਾ ਕਿ ਸਲਮਾ ਪਾਕਿਸਤਾਨ ਨਹੀਂ ਜਾਣਾ ਚਾਹੁੰਦੀ, ਭਾਵ ਕਿ ਜਿਹੜੀ ਉਹ ਕੁੜੀ ਹੈ ਜਿਹਦੀ ਉਹਨੇ ਜ਼ਿੰਦਗੀ ਬਚਾਈ ਹੈ, ਠੀਕ ਹੈ, ਜਿਹਦੀ ਉਹ ਗੱਲ ਕਰ ਰਿਹਾ ਕਿ ਉਹਨੂੰ ਜਾਨ ਬਚਾਉਣੀ ਚਾਹੀਦੀ ਹੈ ਕੁੜੀ ਦੀ, ਤਾਂ ਉਹਦਾ ਨਾਂ ਹੈਗਾ ਸਲਮਾ। ਠੀਕ ਹੈ, ਉਹ ਪਾਕਿਸਤਾਨ ਨਹੀਂ ਜਾਣਾ ਚਾਹੁੰਦੀ, ਪਰ ਜੇ ਉਸ ਵਿਰਸੇ ਨੂੰ, ਭਾਵ ਕਿ ਉਸ ਜਿਹੜਾ ਗੱਲ ਕਰ ਰਿਹਾ ਕਰਤਾਰੋ ਦੇ ਨਾਲ, ਉਹਨੂੰ ਪੁਲਿਸ ਲੈ ਗਈ ਤਾਂ ਸਲਮਾ ਦੀ ਕੋਈ ਥਾਂ ਨਹੀਂ ਰਹੇਗੀ। ਅਤੇ ਕਰਤਾਰੋ ਪੁੱਛਦੀ ਸੀ ਕਿ ਜਦੋਂ ਉਹ ਮੁੰਡਿਆਂ ਦੇ ਢਾਹੇ ਚੜ੍ਹ ਗਈ ਸੀ ਤਾਂ ਉਸਨੇ ਕਿਸੇ ਦੋਸਤ ਨੂੰ ਰੋਕਿਆ ਕਿਉਂ ਨਾ। ਬਿਰਸਾ ਦੱਸਦਾ ਕਿ ਸਲਮਾ ਦੀ ਪੱਤ ਬਚਾਉਣ ਲਈ ਉਸਨੇ ਭੂਤਰੇ ਬਹਿਸ਼ੀਆਂ ਨੂੰ ਵੰਗਾਰਿਆ, ਪਰ ਉਹਨਾਂ ਨੂੰ ਬੁਰੀ ਤਰ੍ਹਾਂ ਕੁੱਟ ਕੇ ਸੰਗਲ ਪਾ ਕੇ ਬੰਨ੍ਹ ਦਿੱਤਾ, ਅਤੇ ਸਲਮਾ ਦੇ ਪਿਓ ਅਤੇ ਭਰਾ ਦੇ ਸਾਹਮਣੇ ਉਹਨਾਂ ਉਹ ਕੁਝ ਕੀਤਾ ਜੋ ਦੱਸ ਨਹੀਂ ਸਕਦਾ। ਠੀਕ ਹੈ, ਮਤਲਬ ਕਿ ਸਲਮਾ ਦੀ ਇਹ ਹਾਲਤ ਕੀਤੀ ਜਿਹੜੀ ਕਿ ਉਹ ਬਿਆਨ ਨਹੀਂ ਕਰ ਸਕਦਾ, ਉਹਦੇ ਪਿਤਾ ਦੇ ਭਰਾ ਦੇ ਸਾਹਮਣੇ ਕੀਤੀ ਸਲਮਾ ਦੀ ਇਹ ਹਾਲਤ। ਉਹਨਾਂ ਸਲਮਾ ਦੇ ਮਾਸ ਨੂੰ ਇਸ ਤਰ੍ਹਾਂ ਚੁੰਡਿਆ, ਉਸ ਵਿਚਲੀ ਇਸਤਰੀ ਦਾ ਸਾਹ ਸਦਾ ਲਈ ਘੁੱਟ ਗਿਆ। ਕਈ ਵਾਰੀ ਉਹ ਵਿਕੀ, ਭਾਵ ਕਿ ਸਲਮਾ, ਠੀਕ ਹੈ, ਉਹਨੂੰ ਕਈ ਵਾਰ ਵੇਚਿਆ ਗਿਆ, ਕਈ ਥਾਈਂ ਖੱਜਲ ਖੁਆਰ ਹੋਈ, ਅਤੇ ਫਿਰ ਉਸਦੀ ਕੋਈ ਉੱਗ ਸੁੱਗ ਨਾ ਨਿਕਲੀ। ਪਿਛਲੇ ਐਤਵਾਰ ਉਸਨੂੰ ਪੱਠਿਆਂ ਦੀ ਪੰਡ ਲੈ ਕੇ ਲਾਲੂਆਣੇ ਕੋਲੋਂ ਲੰਘਦੇ ਕਿਸੇ ਦੇ ਖੂਹ ਵਿੱਚ ਡਿੱਗਣ ਦੀ ਆਵਾਜ਼ ਆਈ। ਇਹ ਸਾਰਾ ਕੁਛ ਵਿਰਸਾ ਦੱਸ ਰਿਹਾ ਉਹਨੂੰ। ਉਹਨੇ ਖੂਹ ਦੇ ਵਿੱਚ ਛਾਲ ਮਾਰ ਕੇ ਉਸ ਮਨੁੱਖੀ ਸਰੀਰ ਨੂੰ ਬਾਹਰ ਕੱਢਿਆ, ਤਾਂ ਉਹ ਕੌਣ ਸੀ? ਸਲਮਾ ਸੀ। ਠੀਕ ਹੈ, ਪਹਿਲਾਂ ਤਾਂ ਹੋਸ਼ ਵਿੱਚ ਨਹੀਂ ਸੀ, ਪਰ ਜਦੋਂ ਉਸਨੂੰ ਹੋਸ਼ ਆਈ ਤਾਂ ਫਿਰ ਉਹ ਖੂਹ ਦੇ ਵੱਲ ਫਿਰ ਦੌੜ ਗਈ। ਠੀਕ ਹੈ, ਫਿਰ ਉਹ ਮਤਲਬ ਕਿ ਖੂਹ ਦੇ ਵੱਲ ਦੌੜ ਕੇ ਮਰਨਾ ਚਾਹੁੰਦੀ ਸੀ। ਉਸਨੇ ਉਸਨੂੰ ਬੜੀ ਮੁਸ਼ਕਲ ਦੇ ਨਾਲ ਰੋਕ ਕੇ ਰੱਖਿਆ, ਨਾਲ ਹੀ ਉਸਨੇ ਉਸ ਨਾਲ ਇਕਰਾਰ, ਭਾਵ ਕਿ ਵਾਅਦਾ ਕੀਤਾ ਕਿ ਉਹ ਉਸਦੀ ਰਾਖੀ ਕਰੇਗਾ ਅਤੇ ਉਸਨੂੰ ਉਸਦੇ ਮਾਪਿਆਂ ਕੋਲ ਪਹੁੰਚਾਊਗਾ। ਪਰ ਉਹ ਕਹਿ ਰਹੀ ਸੀ ਕਿ ਉਹ ਜਿਉਣਾ ਨਹੀਂ ਚਾਹੁੰਦੀ। ਉਸਨੇ ਉਸਦੀਆਂ ਬਾਹਾਂ ਉੱਤੇ ਦੰਦੀਆਂ ਵੱਢ ਕੇ ਦੌੜਨ ਦੀ ਕੋਸ਼ਿਸ਼ ਕੀਤੀ, ਪਰ ਉਸਨੇ ਉਸਨੂੰ ਨਾ ਛੱਡਿਆ ਅਤੇ ਕਿਹਾ ਕਿ ਉਸਦਾ ਵੀਰ ਹੋ ਕੇ ਜਾਂ ਪਤੀ ਹੋ ਕੇ ਜਿਸ ਤਰ੍ਹਾਂ ਉਹ ਚਾਹੇਗੀ ਉਹਦੀ ਬਾਂਹ ਫੜੂਗਾ। ਠੀਕ ਹੈ, ਵਿਰਸੇ ਨੇ ਕਿਹਾ ਉਹਨੂੰ, ਤਾਂ ਇਸ ਲਈ ਉਹ ਸਾਰੀ ਦੁਨੀਆ ਨਾਲ ਟੱਕਰ ਲਵੇਗਾ। ਪਰ ਉਸਦੀ ਸ਼ਰਤ ਉੱਤੇ ਮੰਨ ਗਈ ਕਿ ਉਹ ਕਿਸੇ ਦਾ ਖੂਨ ਨਾ ਕਰੇ, ਕਿਉਂਕਿ ਉਸ ਨਾਲ ਵਧੀ ਕੀ ਕਰਨ ਵਾਲੇ ਕੋਈ ਉਪਰੇ ਨਹੀਂ ਸੀ। ਤਾਂ ਉਹ ਕਹਿੰਦੀ ਹੈ ਕਿ ਉਹ ਉਹਨਾਂ ਬੰਦਿਆਂ ਨੂੰ ਅਜਿਹੇ ਸ਼ਰਮਿੰਦੇ ਕਰੇਗੀ ਕਿ 7 ਪੀੜ੍ਹੀਆਂ ਤੱਕ ਧੌਣ ਉੱਚੀ ਨਹੀਂ ਚੁੱਕ ਸਕਣਗੇ ਉਹ।
ਵਿਰਸੇ ਨੇ ਕਰਤਾਰੋ ਨੂੰ ਕਿਹਾ ਕਿ ਸਾਰਾ ਪਿੰਡ ਉਹਦਾ ਵੈਰੀ ਹੈ ਅਤੇ ਉਹ ਚਾਹੁੰਦਾ ਹੈ ਕਿ 2 ਦਿਨ ਸਲਮਾ ਉਸ ਕੋਲ ਲੁਕੀ ਰਹੇ ਅਤੇ ਪੁਲਿਸ ਦੇ ਜਾਂਦਿਆਂ ਹੀ ਉਹ ਉਸ ਨੂੰ ਲੈ ਜਾਊਗਾ। ਕਰਤਾਰੋ ਨੇ ਕਿਹਾ ਕਿ ਉਸਦੀ ਪੂਰੀ ਰਾਖੀ ਕਰੇਗੀ। ਵਿਰਸੇ ਨੇ ਕਿਹਾ ਕਿ ਉਹ ਖੜਕੂ ਨੂੰ ਵੀ ਇਸ ਗੱਲ ਦਾ ਪਤਾ ਨਾ ਲੱਗਣ ਦੇਵੇ। ਕੁਝ ਨਾ ਨੁੱਕਰ ਪਿੱਛੋਂ ਉਸਨੇ ਇਹ ਗੱਲ ਵੀ ਮੰਨ ਲਈ ਤਾਂ ਵਿਰਸੇ ਨੇ ਦੱਸਿਆ ਕਿ ਸਲਮਾ ਉਹਨਾਂ ਦੇ ਕਮਾਦ ਦੇ ਵਿੱਚ ਲੁਕੀ ਹੋਈ ਹੈ ਅਤੇ ਉਸਦੇ ਸਿਰ ਉੱਪਰ ਗੰਨਿਆਂ ਦੇ ਚੂਰੇ ਦੀ ਪੰਡ ਚੁਕਾ ਕੇ ਉਹਦੇ ਘਰ ਭੇਜ ਦੇਵੇਗਾ। ਪੰਡ ਹੇਠੋਂ ਉਸਨੂੰ ਕੋਈ ਪਛਾਣ ਨਹੀਂ ਸਕੇਗਾ। ਇਸ ਪਿੱਛੋਂ ਵਿਰਸਾ ਚਲਾ ਜਾਂਦਾ ਤਾਂ ਜਿੱਤਾ ਘਬਰਾਇਆ ਹੋਇਆ ਆ ਕੇ ਦੱਸਦਾ ਕਿ ਬਾਹਰ ਸਿਪਾਹੀ ਉਸਦੇ ਬਾਪੂ ਨੂੰ ਫੜਨ ਲਈ ਆਏ ਹੋਏ ਨੇ। ਕਰਤਾਰੋ ਉਸਦੀ ਗੱਲ 'ਤੇ ਯਕੀਨ ਨਹੀਂ ਕਰਦੀ। ਉਸ ਦੇ ਪੁੱਛਣ 'ਤੇ ਜਿੱਤਾ ਦੱਸਦਾ ਕਿ ਬਾਪੂ ਨੇ ਸਿਰਫ ਲੱਸੀ ਹੀ ਪੀਤੀ ਅਤੇ ਉਹ ਲੰਬੜਾਂ ਦੇ ਖੂਹ ਵੱਲ ਨੂੰ ਦੌੜ ਗਿਆ। ਕਰਤਾਰੋ ਜਿੱਤੇ ਨੂੰ ਪਰੇ ਜਾ ਕੇ ਸਿਪਾਹੀਆਂ ਦੇ ਗੱਲਾਂ ਸੁਣਨ ਲਈ ਕਹਿੰਦੀ ਹੈ, ਪਰ ਉਹ ਸਿਪਾਹੀਆਂ ਦਾ ਡਰ ਅਤੇ ਭੁੱਖ ਲੱਗੀ ਦੱਸ ਕੇ ਨਹੀਂ ਜਾਂਦਾ। ਇਹਨਾਂ ਨੂੰ ਇੱਕ ਸਿਪਾਹੀ ਆ ਕੇ ਖੜਕੂ ਦਾ ਘਰ ਪੁੱਛਦਾ ਤਾਂ ਪਤਾ ਲੱਗਣ ਉੱਤੇ ਕਿ ਉਹ ਖੂਹ 'ਤੇ ਗਿਆ ਹੋਇਆ। ਕਰਤਾਰੋ ਨੂੰ ਕਹਿੰਦਾ ਕਿ ਉਸਨੂੰ ਜਲਦੀ ਬੁਲਾਵੇ। ਜਦੋਂ ਕਰਤਾਰੋ ਉਸਨੂੰ ਕਾਰਨ ਪੁੱਛਦੀ ਹੈ ਤਾਂ ਉਹ ਕਹਿੰਦਾ ਕਿ ਉਹ ਉਸੇ ਨਾਲ ਹੀ ਗੱਲ ਕਰਨਗੇ। ਕਰਤਾਰੋ ਜਿੱਤੇ ਨੂੰ ਸੱਦਦੀ ਹੈ ਅਤੇ ਸਿਪਾਹੀ ਉਸਨੂੰ ਖੂਹ ਤੋਂ ਆਪਣੇ ਬਾਪੂ ਨੂੰ ਸੱਦਣ ਲਈ ਕਹਿੰਦਾ ਤਾਂ ਜਿੱਤਾ ਕਹਿੰਦਾ ਕਿ ਉਸਨੂੰ ਦਾਰੇ 'ਚ ਸਿਪਾਹੀ ਫੜ ਲੈਣਗੇ। ਠੀਕ ਹੈ, ਸਿਪਾਹੀ ਉਸਨੂੰ ਕਹਿੰਦਾ ਕਿ ਉਸਨੂੰ ਕੋਈ ਨਹੀਂ ਫੜੇਗਾ। ਜਿੱਤੇ ਦੇ ਜਾਣ ਮਾਰਗੋ ਕਰਤਾਰੋ ਸਿਪਾਹੀ ਨੂੰ ਮੰਜੀ ਉੱਤੇ ਬਿਠਾ ਕੇ ਮੱਖਣ ਵਾਲੀ ਲੱਸੀ ਪੀਣ ਲਈ ਦਿੰਦੀ ਹੈ। ਸਿਪਾਹੀ ਦੇ ਪੁੱਛਣ 'ਤੇ ਕਰਤਾਰ ਕੌਰ ਆਪਣਾ ਨਾਂ ਦੱਸਦੀ ਹੈ। ਸਿਪਾਹੀ ਦੱਸਦਾ ਕਿ ਉਹਨਾਂ ਉੱਚੇ ਪਿੰਡ ਤੋਂ 2 ਕੁੜੀਆਂ ਬਰਾਮਦ ਕੀਤੀਆਂ ਨੇ ਅਤੇ 1 ਕੁੜੀ ਦੀ ਉਹਨਾਂ ਨੂੰ ਉੱਥੇ ਹੋਣ ਦੀ ਸੋਧ ਮਿਲੀ ਹੈ। ਇੰਨੇ ਨੂੰ ਜਿੱਤਾ ਮੁੜ ਆਉਂਦਾ ਕਰਤਾਰੋ ਦੇ ਪੁੱਛਣ 'ਤੇ। ਉਹ ਕਹਿੰਦਾ ਕਿ ਉਸਨੂੰ ਸਿਪਾਹੀਆਂ ਤੋਂ ਡਰ ਲੱਗਦਾ ਹੈ, ਇਸ ਕਰਕੇ ਉਹ ਗਿਆ ਨਹੀਂ। ਸਿਪਾਹੀ ਉਸ ਨੂੰ ਅੱਗੇ ਲੰਘਾਉਣ ਲਈ ਚਲਾ ਜਾਂਦਾ। ਇੰਨੇ ਨੂੰ ਸਲਮਾ ਪੰਡ ਚੁੱਕ ਕੇ ਆ ਜਾਂਦੀ ਹੈ। ਕਰਤਾਰ ਕੌਰ ਸਲਮਾ ਨੂੰ ਕਹਿੰਦੀ ਹੈ ਕਿ ਉਸਨੂੰ ਕੋਠੜੀ ਦੇ ਪਿੱਛੇ ਨਿੱਕੀ ਕੋਠੜੀ ਦੇ ਵਿੱਚ ਗੋਹਿਆਂ ਵਿੱਚ ਲੁਕਾ ਦੇਵੇਗੀ। ਕਰਤਾਰੋ ਦੇ ਪੁੱਛਣ 'ਤੇ ਉਹ ਦੱਸਦੀ ਹੈ ਕਿ ਉਹ ਪਾਕਿਸਤਾਨ ਨਹੀਂ ਜਾਣਾ ਚਾਹੁੰਦੀ ਕਿਉਂਕਿ ਉਸਨੇ ਵਿਰਸੇ ਨਾਲ ਇਕਰਾਰ ਕੀਤਾ। ਹੁਣ ਉਹ ਆਪਣੇ ਮਾਪਿਆਂ ਨੂੰ ਮੂੰਹ ਵਿਖਾਉਣ ਜੋਗੀ ਨਹੀਂ ਰਹੀ ਅਤੇ ਨਾ ਹੀ ਅੱਗੇ ਉਸਨੂੰ ਇੱਜ਼ਤ ਵਾਲੀ ਜ਼ਿੰਦਗੀ ਦੀ ਉਮੀਦ ਹੈ। ਉਹ ਨਾ ਚਾਹੁੰਦੇ ਵੀ ਜਿਉਣਾ ਚਾਹੁੰਦੀ ਹੈ ਤਾਂ ਜੋ ਉਹ ਪੇਟ ਵਿਚਲੇ ਕਲੰਕ ਨੂੰ ਉਹਨਾਂ ਦੇ ਲੋਕਾਂ ਦੇ ਮੱਥੇ ਉੱਤੇ ਥੱਪ ਸਕੇ ਜਿਨ੍ਹਾਂ ਦੀ ਕਰਤੂਤ ਦਾ ਇਹ ਫਲ ਆ, ਤਾਂ ਜੋ ਉਹਨਾਂ ਦੀਆਂ ਤੀਵੀਆਂ ਦੇ ਬੱਚੇ ਇਸ ਕਲੰਕ ਵੱਲ ਉਂਗਲ ਕਰਕੇ ਉਹਨਾਂ ਦੇ ਛਿੱਤਰ ਮਾਰਦੇ ਰਹਿਣ। ਕਰਤਾਰੋ ਉਸ ਨੂੰ ਤੀਵੀਆਂ ਵਿੱਚ ਹੀਰਾ ਕਰਾਰ ਦਿੰਦੀ ਆ। ਕਰਤਾਰ ਉਸ ਨੂੰ ਪਿਛਲੀ ਕੋਠੀ ਵਿੱਚ ਲੁਕਾਉਣ ਲਈ ਲੈ ਜਾਂਦੀ ਹੈ। ਫਿਰ ਬੂਹਾ ਖੜਕਣ 'ਤੇ ਖੜਕੂ ਆ ਜਾਂਦਾ ਤਾਂ ਦੋਹਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਉਹਨਾਂ ਦੇ ਘਰ ਸਿਪਾਹੀ ਕਿਉਂ ਆਇਆ ਸੀ। ਇੰਨੇ ਨੂੰ ਥਾਣੇਦਾਰ ਅਤੇ ਸਿਪਾਹੀ ਆ ਜਾਂਦੇ ਨੇ। ਥਾਣੇਦਾਰ ਖੜਕੂ ਤੋਂ ਕਰਤਾਰ ਕੌਰ ਬਾਰੇ ਪੁੱਛਦਾ ਕਿ ਉਸਨੇ ਠੀਕਰੀ ਵਾਲੇ ਦੇ ਨੂਰਦੀਨ ਲੁਹਾਰ ਦੀ ਧੀ ਬਰਕਤ ਨਹੀਂ। ਖੜਕੂ ਕਹਿੰਦਾ ਕਿ ਉਸਨੇ ਅੰਮ੍ਰਿਤ ਛੱਕ ਲਿਆ ਸੀ ਅਤੇ ਉਸਦੇ ਘਰ 10 ਸਾਲਾਂ ਤੋਂ ਵੱਸ ਰਹੀ ਹੈ ਅਤੇ ਉਸ ਤੋਂ ਹੋਇਆ ਉਸਦਾ ਮੁੰਡਾ 8 ਸਾਲਾਂ ਦਾ। ਥਾਣੇਦਾਰ ਕਹਿੰਦਾ ਕਿ ਉਸਦੇ ਪਿੰਡੋਂ ਰਿਪੋਰਟ ਹੋਈ ਹੈ ਕਿ ਕਰਤਾਰੋ ਉਧਾਲੀ ਹੋਈ ਕੁੜੀ ਹੈ। ਕਰਤਾਰ ਕੌਰ ਕਹਿੰਦੀ ਹੈ ਕਿ ਉਹ ਉਧਾਲੀ ਹੋਈ ਨਹੀਂ, ਉਸਦੇ ਮਾਪਿਆਂ ਨੂੰ ਵੀ ਪਤਾ ਹੈ ਕਿ ਉਸਨੇ ਆਪਣੀ ਮਰਜ਼ੀ ਨਾਲ ਖੜਕੂ ਨਾਲ ਵਿਆਹ ਕੀਤਾ। ਪਰ ਥਾਣੇਦਾਰ ਉਸਦੀ ਇੱਕ ਨਹੀਂ ਮੰਨਦਾ ਅਤੇ ਉਸਨੂੰ ਟਰੱਕ ਉੱਤੇ ਲੱਦ ਕੇ ਉਸਦਾ ਛੋਟਾ ਬੱਚਾ ਚੁਕਾ ਕੇ ਨਾਲ ਲੈ ਜਾਂਦਾ। ਖੜਕੂ ਅੱਥਰੂ ਪੂੰਝਦਾ ਅਤੇ ਕਰਤਾਰ ਕੌਰ ਉੱਚੀ ਉੱਚੀ ਰੋਂਦੀ ਹੈ। ਸੋ ਇਹ ਹੈ ਇਹਦਾ ਸਾਰ। ਹੁਣ ਵਿਸ਼ਾ ਵਸਤੂ ਦੇ ਵਿੱਚ ਕੀ ਉਧਾਲੀ ਹੋਈ ਕੁੜੀ ਕਪੂਰ ਸਿੰਘ ਘੁੰਮਣ ਦਾ ਲਿਖਿਆ ਹੋਇਆ ਇਕਾਂਗੀ ਹੈ। ਇਸ ਇਕਾਂਗੀ ਦਾ ਵਿਸ਼ਾ 1947 ਦੀ ਵੰਡ ਸਮੇਂ ਨਾਲ ਜੁੜੇ ਘਟਨਾਕ੍ਰਮ ਨਾਲ ਸੰਬੰਧਿਤ ਆ, ਜਿਸ ਵਿੱਚ ਇੱਧਰ ਅਤੇ ਉੱਧਰ ਔਰਤਾਂ ਉੱਤੇ ਵਹਿਸ਼ਿਆਨਾ ਜ਼ੁਲਮ ਹੋਇਆ, ਗਲੀ ਕਮਾਂਡ ਦੀਆਂ ਧੀਆਂ ਭੈਣਾਂ ਦੇ ਜਲੂਸ ਕੱਢੇ, ਉਹਨਾਂ ਨੂੰ ਬੱਕਰੀਆਂ ਵਾਂਗ ਵੇਚਿਆ, ਵੱਢਿਆ, ਟੁੱਕਿਆ ਗਿਆ, ਸਲਮਾ ਵਰਗੀਆਂ ਵਹਿਸ਼ੀ ਮੁੰਡਿਆਂ ਦੇ ਢਾਹੇ ਚੜ੍ਹੀਆਂ ਅਤਿਅੰਤ ਦਰਿੰਦਗੀ ਦਾ ਸ਼ਿਕਾਰ ਹੋਈਆਂ ਨੇ, ਵਿਕੀਆਂ, ਰੁਲੀਆਂ। ਜੇਕਰ ਵਿਰਸੇ ਵਰਗੇ ਕਿਸੇ ਵਿਅਕਤੀ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਵੀ ਵਹਿਸ਼ੀਆਂ ਦੇ ਜ਼ੁਲਮ ਦਾ ਸ਼ਿਕਾਰ ਹੋਣਾ ਪਿਆ। ਫਿਰ ਕੁਝ ਸਮੇਂ ਮਗਰੋਂ ਜਦੋਂ ਦੋਹਾਂ ਪਾਸਿਆਂ ਵੱਲ ਰਹਿ ਗਈਆਂ, ਠੀਕ ਹੈ, ਜਾਂ ਉਧਾਲੀਆਂ ਜਾਂ ਚੁੱਕੀਆਂ ਉਸ ਔਰਤਾਂ ਨੂੰ ਲੱਭ ਕੇ ਉਹਨਾਂ ਦੇ ਮਾਪਿਆਂ ਦੇ ਘਰ ਪਹੁੰਚਾਉਣ ਦਾ ਕੰਮ ਆਰੰਭ ਹੋਇਆ।
ਤਾਂ ਉਹਨਾਂ ਦੇ ਵਿੱਚੋਂ ਕਈਆਂ ਨੇ ਧਰਮ ਬਦਲ ਕੇ ਆਪਣੇ ਹਾਲਾਤ ਨਾਲ ਸਮਝੌਤਾ ਕਰ ਲਿਆ ਅਤੇ ਉੱਥੇ ਜਿੱਥੇ ਸਨ ਉੱਥੇ ਹੀ ਵੱਸ ਗਈਆਂ, ਕਿਉਂਕਿ ਉਹਨਾਂ ਨੂੰ ਡਰ ਸੀ ਕਿ ਦੂਜੇ ਪਾਸੇ ਹੁਣ ਉਹਨਾਂ ਨੂੰ ਕੋਈ ਮੂੰਹ ਲਾਵੇਗਾ ਤਾਂ ਨਾ ਕੋਈ ਮੂੰਹ ਲਾਵੇਗਾ ਅਤੇ ਨਾ ਹੀ ਕੋਈ ਅਪਣਾਵੇਗਾ, ਉਹਨਾਂ ਨੂੰ ਜ਼ਿਲਤ ਅਤੇ ਖੁਆਰੀ ਦਾ ਜੀਵਨ ਵੀ ਬਤੀਤ ਕਰਨਾ ਪਵੇਗਾ। ਜਿਸ ਤਰ੍ਹਾਂ ਇਕਾਂਗੀ ਵਿੱਚ ਅਸੀਂ ਸਲਮਾ ਦੀ ਹਾਲਤ ਦੇਖਦੇ ਹਾਂ, ਇਕਾਂਗੀ ਦਾ ਵਿਸ਼ਾ ਉਦੋਂ ਵਿਅੰਗਾਤਮਕ ਰੂਪ ਧਾਰਨ ਕਰਦਾ ਜਦੋਂ ਥਾਣੇਦਾਰ ਪਾਕਿਸਤਾਨ ਵੰਡ ਤੋਂ ਕਈ ਸਾਲ ਪਹਿਲਾਂ ਧਰਮ ਬਦਲ ਕੇ ਸਿੱਖ ਨਾਲ ਵਿਆਹੀ ਜਾ ਚੁੱਕੀ ਅਤੇ ਬੱਚਿਆਂ ਦੀ ਮਾਂ ਬਣ ਚੁੱਕੀ ਕਰਤਾਰ ਕੌਰ ਨੂੰ ਫੜ ਕੇ ਪਾਕਿਸਤਾਨ ਭੇਜਣ ਲਈ ਜਾਂਦਾ। ਇਸ ਤਰ੍ਹਾਂ ਇਸ ਇਕਾਂਗੀ ਦਾ ਵਿਸ਼ਾ 1947 ਦੇ ਘਟਨਾਕ੍ਰਮ ਨਾਲ ਸੰਬੰਧਿਤ ਹੈ ਜੋ ਇਤਿਹਾਸਿਕ ਅਤੇ ਯਥਾਰਥਕ ਹੋਣ ਦੇ ਨਾਲ ਵਿਅੰਗਾਤਮਕ ਵੀ ਹੈ। ਅੱਗੇ ਕਰਤਾਰੋ ਦਾ ਜਿਹੜਾ ਕਿ ਚਰਿੱਤਰ, ਹਾਂਜੀ ਮੁੱਖ ਪਾਤਰ ਕਰਤਾਰੋ, ਉਹ ਠਿਕਰੀ ਵਾਲੇ ਦੇ ਫਰਦੀਨ ਦੀ ਧੀ ਸੀ। ਉਸਦਾ ਪਹਿਲਾ ਨਾਂ ਬਰਕਤ ਸੀ। ਬਦਕਿਸਮਤ ਔਰਤ, ਹਾਂਜੀ ਅਤੇ ਚਰਿੱਤਰਣ ਪਾਤਰ, 10 ਵਰੇ ਪਹਿਲਾਂ ਉਹਨੇ ਆਪਣੀ ਮਰਜ਼ੀ ਦੇ ਨਾਲ ਖੜਕੂ ਨਾਲ ਵਿਆਹ ਕਰ ਲਿਆ ਸੀ ਅਤੇ ਉਸਦੇ ਮਾਪਿਆਂ ਨੂੰ ਇਸ ਬਾਰੇ ਪਤਾ ਸੀ। ਉਹਨੇ ਅੰਮ੍ਰਿਤ ਛਕ ਲਿਆ ਸੀ ਅਤੇ ਹੁਣ ਉਹਦਾ ਨਾਂ ਕਰਤਾਰ ਕੌਰ ਆ। ਅਤੇ ਹੁਣ ਜੀਤਾ ਨਾਂ ਦਾ ਜਿਹੜਾ ਕਿ 8 ਸਾਲ ਦਾ ਉਹਦਾ ਮੁੰਡਾ ਸੀ ਅਤੇ ਪਾਕਿਸਤਾਨ ਵੰਡ ਮਗਰੋਂ ਜਦੋਂ ਪੁਲਿਸ ਉਧਾਲੀਆਂ ਹੋਈਆਂ ਮੁਸਲਮਾਨ ਔਰਤਾਂ ਨੂੰ ਬਰਾਮਦ ਕਰਕੇ ਪਾਕਿਸਤਾਨ ਭੇਜ ਰਹੀ ਸੀ ਤਾਂ ਇਸੇ ਸਮੇਂ ਕਿਸੇ ਨੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਕਿ ਕਰਤਾਰੋ ਵੀ ਉਧਾਲੀ ਹੋਈ ਔਰਤ ਹੈ। ਅਤੇ ਇਸ ਰਿਪੋਰਟ ਦੇ ਆਧਾਰ 'ਤੇ ਪੁਲਿਸ ਉਸਦੇ ਅਤੇ ਉਸਦੇ ਪਤੀ ਦੇ ਵਿਰੁੱਧ ਬਾਵਜੂਦ ਉਸ ਨੂੰ ਪੁੱਤਰ ਸਮੇਤ ਚੁੱਕ ਕੇ ਲੈ ਜਾਂਦੀ ਹੈ। ਇਸ ਤਰ੍ਹਾਂ ਅਨਿਆਏ ਦੀ ਸ਼ਿਕਾਰ ਹੋਈਆਂ ਔਰਤਾਂ ਨੂੰ ਨਿਆਂ ਦੇਣ ਲਈ ਪੁਲਿਸ ਉਸ ਬਾਰੇ ਹਕੀਕਤ ਨੂੰ ਸਮਝੇ ਬਗੈਰ ਉਸ ਨੂੰ ਧੱਕੇ ਅਤੇ ਅਨਿਆਏ ਦਾ ਸ਼ਿਕਾਰ ਬਣਾ ਲੈਂਦੀ ਹੈ। ਅਤੇ ਅਜਿਹੀ ਔਰਤ ਜਿਸ ਉੱਤੇ ਦੇਸ਼ ਵੰਡ ਸਮੇਂ ਗੁੰਡਾ ਅਨਸਰ ਨੇ ਜ਼ੁਲਮ ਨਹੀਂ ਸੀ ਕੀਤਾ ਪਰੰਤੂ ਅਮਨ ਕਾਨੂੰਨ ਅਤੇ ਨਿਆਂ ਦੀ ਰਾਖੀ ਪੁਲਿਸ ਦੀ ਵਧੀਕੀ ਦਾ ਸ਼ਿਕਾਰ ਹੋ ਜਾਂਦੀ ਹੈ। ਦੁਖੀ ਅਤੇ ਜ਼ੁਲਮ ਦੀਆਂ ਸ਼ਿਕਾਰ ਇਸਤਰੀਆਂ ਦੀ ਹਮਦਰਦ ਆ ਉਹ, ਠੀਕ ਆ। ਪਾਕਿਸਤਾਨ ਵੰਡ ਸਮੇਂ ਮਰਦਾਂ ਦੇ ਜ਼ੁਲਮਾਂ ਦੀਆਂ ਜਿਹੜੀਆਂ ਇਸਤਰੀਆਂ ਸ਼ਿਕਾਰ ਹੁੰਦੀਆਂ ਨੇ ਉਹਨਾਂ ਦੀ ਇਹ ਹਮਦਰਦ ਹੁੰਦੀ ਆ। ਉਹ ਦੋਸ਼ੀਆਂ ਉੱਤੇ ਪੁਲਿਸ ਦੀ ਕਾਰਵਾਈ ਨੂੰ ਠੀਕ ਸਮਝਦੀ ਹੈ ਅਤੇ ਦੁਖੀ ਇਸਤਰੀਆਂ ਵਿਰੁੱਧ ਹਾਂ ਦਾ ਨਾਰਾ ਮਾਰਦੀ ਹੋਈ ਕਹਿੰਦੀ ਹੈ ਕਿ ਸ਼ੇਰੂ ਵਰਗੇ ਲੋਕਾਂ ਦੀਆਂ ਧੀਆਂ ਉੱਤੇ ਜ਼ੁਲਮ ਕਰਨ ਵਾਲੇ ਨਾਲ ਇਹ ਹੋਣੀ ਚਾਹੀਦੀ ਹੈ। ਤੀਵੇਂ ਨੂੰ ਡੰਗਰਾਂ ਵਾਂਗ ਵੇਚਣਾ ਕੋਈ ਨਿਆਂ ਹੈ? ਇਸੇ ਹਮਦਰਦੀ ਕਰਕੇ ਉਹ ਵਿਰਸੇ ਦੇ ਕਹੇ ਉੱਤੇ ਦੁੱਖਾਂ ਮਾਰੀ ਮਾਂ ਦੀ ਮਦਦ ਲਈ ਤਿਆਰ ਹੋ ਜਾਂਦੀ ਹੈ ਅਤੇ ਉਸਦੇ ਮੂੰਹੋਂ ਸਲਮਾ ਦੇ ਗੁੰਡਿਆਂ ਦੁਆਰਾ ਕੀਤੀ ਹਾਲਤ ਬਾਰੇ ਸੁਣ ਕੇ ਅੱਖਾਂ ਭਰ ਲੈਂਦੀ ਹੈ ਅਤੇ ਅੰਤ ਤੋਂ ਸਲਮਾ ਨੂੰ ਬਚਾਉਣ ਦੀ ਪਿਛਲੀ ਕੋਠੜੀ ਦੇ ਵਿੱਚ ਪਾਥੀਆਂ 'ਚ ਉਹਨੂੰ ਲੁਕੋ ਦਿੰਦੀ ਹੈ। ਇਸ ਤੋਂ ਪਹਿਲਾਂ ਇਹ ਵੀ ਗੱਲ ਜਾਣ ਲੈਂਦੀ ਹੈ ਕਿ ਸਲਮਾ ਆਪਣੀ ਮਰਜ਼ੀ ਨਾਲ ਵਿਰਸੇ ਨਾਲ ਜਾਣਾ ਚਾਹੁੰਦੀ ਹੈ ਅਤੇ ਉਹ ਧੱਕੇ ਨਾਲ ਰੱਖ ਰਿਹਾ। ਹੌਂਸਲੇ ਵਾਲੀ, ਉਹ ਇੱਕ ਹੌਂਸਲੇ ਵਾਲੀ ਇਸਤਰੀ ਹੈ। ਹੌਂਸਲੇ ਵਾਲੀ ਹੋਣ ਕਰਕੇ ਉਹ ਸਲਮਾ ਦੀ ਸਹਾਇਤਾ ਕਰਦੀ ਹੈ। ਵਿਰਸੇ ਨੂੰ ਕਹਿੰਦੀ ਹੈ ਕਿ ਫਿਰ ਤਾਂ ਤੂੰ ਡਰਦਾ ਕਿਉਂ ਹੈ? ਜੱਟ ਨੂੰ ਕਾਹਦਾ ਡਰ ਹੈ? ਕੋਈ ਲੁੱਟ 'ਤੇ ਨਹੀਂ ਪਈ ਹੋਈ ਜਿਹੜਾ ਲੱਭਾ ਫੜ ਲਿਆ, ਠੀਕ ਹੈ, ਕੋਈ ਲੁੱਟ 'ਤੇ ਨਹੀਂ ਪਈ ਹੋਈ। ਹੌਂਸਲੇ ਵਾਲੀ ਹੋਣ ਕਰਕੇ ਉਹ ਵਿਰਸੇ ਨੂੰ ਕਹਿੰਦੀ ਹੈ ਕਿ ਉਹ ਸਲਮਾ ਉੱਤੇ ਹੁੰਦੇ ਜ਼ੁਲਮ ਨੂੰ ਦੇਖ ਕੇ ਚੁੱਪ ਕਿਉਂ ਰਿਹਾ? ਉਸਨੇ ਕਿਸੇ ਦੇ ਹੱਥ ਕਿਉਂ ਨਾ ਭੰਨੇ? ਪਤੀ ਨਾਲ ਪਿਆਰ ਉੱਤੇ ਉਸ ਉੱਤੇ ਮਾਣ, ਉਸਦਾ ਆਪਣੇ ਪਤੀ ਖੜਕੂ ਨਾਲ ਪਿਆਰ ਹੈ ਅਤੇ ਇਸ ਕਰਕੇ ਉਹ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਸੀ। ਉਸਨੂੰ ਮਾਣ ਸੀ ਕਿ ਉਹ ਇਕੱਲਾ ਹੀ ਖੇਤਾਂ ਵਿੱਚ 10 ਬੰਦਿਆਂ ਦਾ ਕੰਮ ਕਰਦਾ ਸੀ ਅਤੇ ਉਹ ਆਪਣੇ ਪਤੀ ਨੂੰ ਖੇਤਾਂ ਵਿੱਚ ਰੋਟੀ ਦੇਣ ਪੁੱਤਰ ਨੂੰ ਭੇਜਦੀ ਹੈ ਅਤੇ ਉਹਦਾ ਟਾਲ ਮਟੋਲ ਕਰਨ 'ਤੇ ਵੀ ਉਹਨੂੰ ਝਿੜਕਦੀ ਹੈ। ਵਿਅੰਗਾਤਮਕ ਪਾਤਰ, ਉਹ ਉਧਾਲੇ ਦੀ ਸ਼ਿਕਾਰ ਔਰਤ ਸਲਮਾ ਨੂੰ ਬਚਾਉਂਦੀ ਹੋਈ ਆਪ ਉਧਾਲੇ ਦੀ ਸ਼ਿਕਾਰ ਮੰਨੀ ਜਾਂਦੀ ਹੈ ਅਤੇ ਪੁਲਿਸ ਉਸਨੂੰ ਕਾਬੂ ਕਰ ਲੈਂਦੀ ਹੈ। ਇਸ ਤਰ੍ਹਾਂ ਉਸਦੇ ਪਾਤਰ ਇਕਾਂਗੀਕਾਰ ਨੇ ਵਿਅੰਗਾਤਮਕ ਰੂਪ ਦੇ ਵਿੱਚ ਪੇਸ਼ ਕੀਤਾ ਉਹਨੂੰ। ਅੱਗੇ ਸਲਮਾ, ਇਹ ਵੀ ਮਹੱਤਵਪੂਰਨ ਪਾਤਰਕ, ਇਹ ਉੱਚੇ ਪਿੰਡ ਦੇ ਮੁਸਲਮਾਨ ਸ਼ਤਰੂ ਦੀ ਧੀ ਸੀ ਅਤੇ ਇਕਾਂਗੀਕਾਰ ਨੇ ਉਸਦੇ ਰਾਹੀਂ 1947 ਦੇਸ਼ ਵੰਡ ਸਮੇਂ ਗੁੰਡਿਆਂ ਦੁਆਰਾ ਉਹਦੇ ਦੂਜੇ ਧਰਮ ਦੀਆਂ ਔਰਤਾਂ ਉੱਤੇ ਘਿਣਾਉਣੇ ਜ਼ੁਲਮਾਂ ਦੀ ਇੱਕ ਝਲਕ ਪੇਸ਼ ਕੀਤੀ ਹੈ ਅਤੇ ਨਾਲ ਹੀ ਉਸਨੇ ਅਜਿਹੀਆਂ ਔਰਤਾਂ ਦੀ ਮਦਦ ਲਈ ਪੁਲਿਸ ਕਾਰਵਾਈ ਨੂੰ ਵਿਅੰਗਾਤਮਕ ਰੂਪ ਦੇ ਵਿੱਚ ਪੇਸ਼ ਕੀਤਾ। ਉਸਨੇ ਆਪਣੇ ਉੱਪਰ ਹੋਏ ਘਿਣਾਉਣੇ ਜ਼ੁਲਮ ਪਿੱਛੋਂ ਆਤਮਘਾਤ ਕਰਨ ਦੀ ਕੋਸ਼ਿਸ਼ ਕੀਤੀ ਪਰੰਤੂ ਵਿਰਸੇ ਨੂੰ ਉਹਨੂੰ ਬਚਾ ਲਿਆ ਅਤੇ ਵਿਰਸੇ ਦੀ ਇੱਛਾ ਅਨੁਸਾਰ ਕਰਤਾਰੋ ਨੇ ਉਸਨੂੰ ਪੁਲਿਸ ਤੋਂ ਬਚਾਉਣ ਲਈ ਪਿਛਲੀ ਕੋਠੜੀ ਵਿੱਚ 5 ਪਾਥੀਆਂ ਵਿੱਚ ਲੁਕੋ ਦਿੱਤਾ।
ਇਸ ਨੂੰ ਤਾਂ ਉਸਨੇ ਬਚਾ ਲਿਆ ਪਰ ਉਹ ਅਣਜਾਣੇ ਹੀ ਫਸ ਗਈ। ਅੱਗੇ ਹੈਗਾ ਅਤਿ ਘਿਨੌਣੇ ਜ਼ੁਲਮ ਦੀ ਸ਼ਿਕਾਰ। ਹਾਂਜੀ, ਉਹ ਇੱਕ ਮੁਸਲਮਾਨ ਕੁੜੀ ਹੈ ਅਤੇ ਦੇਸ਼ ਵੰਡ ਸਮੇਂ ਉਹ ਗੁੰਡਿਆਂ ਦੇ ਢਾਹੇ ਚੜ੍ਹ ਗਈ। ਉਸ ਉੱਤੇ ਹੁੰਦੇ ਜ਼ੁਲਮ ਨੂੰ ਰੋਕਣ ਲਈ ਵਿਰਸੇ ਨੇ ਭੂਤਰੇ ਵਹਿਸ਼ੀਆਂ ਨੂੰ ਵੰਗਾਰਿਆ ਪਰ ਉਹਨਾਂ ਨੂੰ ਪਰ ਉਹ ਉਸ ਨੂੰ ਵੀ ਨਾ ਬਖਸ਼ਿਆ। ਉਸਦੇ ਦੱਸਣ ਅਨੁਸਾਰ ਸਲਮਾ ਦੇ ਪਿਓ ਅਤੇ ਵੀਰ ਦੀਆਂ ਅੱਖਾਂ ਸਾਹਮਣੇ ਉਹਨਾਂ ਉਹ ਕੁਝ ਕੀਤਾ ਜੋ ਮੈਂ ਦੱਸ ਨਹੀਂ ਸਕਦਾ, ਕਿਉਂ ਕੋਈ ਪਿਓ ਕੋਈ ਵੀਰ ਦੇਖ ਨਹੀਂ ਸਕਦਾ। ਉਹਨਾਂ ਸਲਮਾ ਦੇ ਮਾਸ ਨੂੰ ਚੁੰਡਿਆ, ਹਲਕੇ ਕੁੱਤਿਆਂ ਵਾਂਗ ਭੁੱਖੀਆਂ ਗਿਰਜਾਂ ਵਾਂਗ ਸਲਮਾ ਵਿਚਲੀ ਇਸਤਰੀ ਦਾ ਸਦਾ ਲਈ ਸਾਹ ਘੁੱਟ ਦਿੱਤਾ। ਉਸ ਵਿੱਚੋਂ ਹੁਣ ਉਹਨਾਂ ਉੱਡਣੇ ਸੱਪਾਂ ਨੂੰ ਦੁੱਧ ਪਿਆਉਣ ਵਾਲੀ ਇਸਤਰੀ ਸਦਾ ਲਈ ਮਰ ਗਈ। ਅੱਗੇ ਜ਼ਿੰਦਗੀ ਤੋਂ ਬੇਜ਼ਾਰ, ਹਾਂਜੀ ਉਹ ਜ਼ਿੰਦਗੀ ਤੋਂ ਬੇਜ਼ਾਰ ਹੋਈ ਸਲਮਾ ਨੇ ਆਤਮਘਾਤ ਕਰਨ ਲਈ ਖੂਹ ਦੇ ਵਿੱਚ ਛਾਲ ਮਾਰ ਦਿੱਤੀ, ਪਰੰਤੂ ਦੇਵਨੇਤ ਨਾਲ ਵਿਰਸੇ ਨੂੰ ਉਹਨੂੰ ਬਚਾ ਲਿਆ ਅਤੇ ਉਸਨੇ ਹੌਂਸਲਾ ਦੇ ਕੇ ਮਸਾਂ ਮੌਤ ਦੇ ਰਾਹ ਤੁਰਨ ਤੋਂ ਮੋੜਿਆ। ਉਸਨੇ ਉਸਨੂੰ ਭਰੋਸਾ ਦਿੱਤਾ ਕਿ ਉਸਦਾ ਵੀਰ ਜਾਂ ਪਤੀ ਬਣ ਕੇ ਉਸਦਾ ਸਹਾਰਾ ਬਣੇਗਾ, ਉਹ ਜਿਸ ਤਰ੍ਹਾਂ ਚਾਹੇਗੀ ਉਹ ਕਰੇਗਾ। ਅੱਗੇ ਆਏਗਾ ਦੋਸ਼ੀਆਂ ਨੂੰ ਸ਼ਰਮਿੰਦਗੀ ਨਾਲ ਮਾਰਨ ਦੀ ਚਾਹਵਾਨ। ਉਸਨੇ ਵਿਰਸੇ ਨੂੰ ਕਿਹਾ ਸੀ ਕਿ ਉਹ ਉਸਦੇ ਨਾਲ ਕੁਕਰਮ ਕਰਨ ਵਾਲਿਆਂ ਵਿੱਚੋਂ ਕਿਸੇ ਦਾ ਖੂਨ ਨਾ ਕਰੇ। ਉਸਦੇ ਉਹਦੇ ਨਾਲ ਵਧੀਕੀ ਕਰਨ ਵਾਲਿਆਂ ਕੋਈ ਓਪਰੇ ਨਹੀਂ ਸਨ, ਉਹ ਉਹਨਾਂ ਦੇ ਕੁਕਰਮ ਕਾਰਨ ਆਪਣੇ ਪੇਟ ਦੇ ਵਿੱਚ ਪਾਲੇ ਬੱਚੇ ਨੂੰ ਜਨਮ ਦੇ ਕੇ ਮਾਰੇਗੀ ਅਤੇ ਉਹ ਕਲੰਕ ਉਹਨਾਂ ਦੇ ਮੱਥੇ ਉੱਤੇ ਥੱਪਣਾ ਚਾਹੁੰਦੀ ਹੈ। ਉਹਨਾਂ ਦੇ ਤੀਵੀਆਂ ਅਤੇ ਬੱਚੇ ਇਸ ਕਲੰਕ ਵੱਲ ਉਂਗਲਾਂ ਕਰਕੇ ਉਹਨੂੰ ਛਿੱਤਰ ਮਾਰਦੇ ਰਹਿਣਗੇ। ਉਸ ਤਰ੍ਹਾਂ ਪਲ ਮਾਨਸ ਅਤੇ ਸ਼ਰਾਫਤ ਦੀ ਚਾਦਰ ਉੱਤੇ ਗੁਨਾਹ ਦਾ ਥੋਬਾ ਲਿਬੜਿਆ ਰਹੇਗਾ। ਹਾਂਜੀ, ਅੱਗੇ ਦੇ ਕੁਸ਼ਚਨ ਆਨਸਰ ਸ਼ੋਰਟ। ਇਕਾਂਗੀ ਦਾ ਲੇਖਕ ਕੌਣ ਆ? ਕਪੂਰ ਸਿੰਘ। ਘੁੰਮਣ ਅਤੇ ਘੁੰਮਣ ਤੋਂ ਇਲਾਵਾ ਇਹਦੇ ਅਗਲੇ ਹੈਗੇ ਵੀ ਇਹਦੇ ਇਕਾਂਗੀ ਦੇ ਕਿਹੜੇ ਕਿਹੜੇ ਪਾਤਰ ਨੇ? ਖੜਕੂ ਇੱਕ ਜੱਟ ਆ, ਵਿਰਸਾ ਖੜਕੂ ਦਾ ਮਿੱਤਰ ਆ, ਕਰਤਾਰੋ ਖੜਕੂ ਦੀ ਵਹੁਟੀ ਆ, ਜਿੱਤਾ ਉਹਨਾਂ ਦਾ ਮੁੰਡਾ ਹੈ, ਸਲਮਾ ਉਧਾਲੀ ਹੋਈ ਕੁੜੀ ਆ, ਥਾਣੇਦਾਰ ਅਤੇ ਸਿਪਾਹੀ ਆ। ਇਕਾਂਗੀ ਦੀ ਘਟਨਾ ਕਦੋਂ ਅਤੇ ਕਿੱਥੇ ਵਾਪਰਦੀ ਹੈ? ਇਕਾਂਗੀ ਦੀ ਘਟਨਾ ਅੰਮ੍ਰਿਤਸਰ ਦੀ ਅਜਨਾਲਾ ਤਹਿਸੀਲ ਦੇ ਪਿੰਡ ਫੱਤੂਵਾਲ ਵਿਖੇ ਜਨਵਰੀ 1949 ਦੀ ਸਪੇਰ ਨੂੰ ਵਾਪਰਦੀ ਹੈ। ਜਦੋਂ ਕਰਤਾਰੋ ਨੇ ਸਲਮਾ ਨੂੰ ਪੁੱਛਿਆ ਕਿ ਉਹ ਪਾਕਿਸਤਾਨ ਕਿਉਂ ਨਹੀਂ ਸੀ ਚਲੀ ਜਾਂਦੀ ਤਾਂ ਸਲਮਾ ਨੇ ਕੀ ਉੱਤਰ ਦਿੱਤਾ? ਤਾਂ ਸਲਮਾ ਨੇ ਉੱਤਰ ਦਿੱਤਾ ਕਿ ਉਸਨੇ ਵਿਰਸੇ ਨਾਲ ਕੌਲ ਕੀਤਾ, ਵਾਅਦਾ ਕੀਤਾ, ਇਕਰਾਰ ਕੀਤਾ, ਇਸ ਕਰਕੇ ਉਹ ਇੱਥੇ ਹੀ ਰਹੇਗੀ। ਨਾਲ ਹੀ ਉਹ ਮਾਪਿਆਂ ਨੇ ਘਰ ਜਾ ਕੇ ਇੱਜ਼ਤ ਨਹੀਂ ਪਾ ਸਕਦੀ ਅਤੇ ਨਾ ਹੀ ਉਹਦੇ ਨਾਲ ਕੋਈ ਵਿਆਹ ਕਰਾਏਗਾ ਅਤੇ ਨਾ ਹੀ ਸਹੁਰੇ ਘਰ ਵਿੱਚ ਉਸਦਾ ਆਦਰ ਹੋਊਗਾ। ਅਤੇ ਆਪਣੀ ਪੱਤ ਲੁੱਟਣ ਵਾਲਿਆਂ ਦੇ ਬੱਚੇ ਨੂੰ ਜਨਮ ਦੇ ਕੇ ਉਹਨਾਂ ਨੂੰ ਕਲੰਕਿਤ ਕਰੂਗੀ। ਹਾਂਜੀ, ਕਰਤਾਰੋ ਕੌਣ ਸੀ? ਖੜਕੂ ਨਾਲ ਵਿਆਹ ਬਾਰੇ ਤੁਸੀਂ ਕੀ ਜਾਣਦੇ ਹੋ? ਹਾਂਜੀ, ਇਹ ਨੂਰਦੀਨ ਲਾਹੌਰ ਦੀ ਧੀ ਬਰਕਤ ਸੀ। ਪਾਕਿਸਤਾਨ ਵੰਡ ਤੋਂ 10 ਸਾਲ ਪਹਿਲਾਂ ਉਹਨੇ ਅੰਮ੍ਰਿਤ ਛਕ ਕੇ ਖੜਕੂ ਨਾਲ ਵਿਆਹ ਕਰਾ ਲਿਆ ਸੀ ਅਤੇ ਉਸ ਇਸਤਰੀ ਦਾ ਇੱਕ ਮੁੰਡਾ 8 ਸਾਲਾਂ ਦਾ ਸੀ ਅਤੇ ਦੂਜਾ ਛੋਟਾ ਸੀ। ਥਾਣੇਦਾਰ ਉਸਨੂੰ ਉਧਾਲੀ ਹੋਈ ਇਸਤਰੀ ਸਮਝ ਕੇ ਪਾਕਿਸਤਾਨ ਭੇਜਣ ਲਈ ਲੈ ਜਾਂਦਾ। ਇਕਾਂਗੀ ਦੀ ਮੁੱਖ ਸਮੱਸਿਆ ਕੀ ਆ? ਹਾਂਜੀ, ਇਕਾਂਗੀ ਦੀ ਮੁੱਖ ਸਮੱਸਿਆ ਹੈਗੀ 1947 ਦੇਸ਼ ਵੰਡ ਦੇ ਸਿੱਟੇ ਵਜੋਂ ਔਰਤਾਂ ਨੂੰ ਜਿਹੜੀਆਂ ਦੁਖਦਾਇਕ ਪਰਿਸਥਿਤੀਆਂ ਵਿੱਚੋਂ ਲੰਘਣਾ ਪਿਆ, ਉਸਦੀ ਇੱਕ ਦਰਦਨਾਕ ਝਾਕੀ ਪੇਸ਼ ਕਰਨਾ। ਥੈਂਕਸ।